ਤੁਸੀਂ ਦੇਖ ਰਹੇ ਹੋ ਫਗਵਾੜਾ ਨਿਊਜ਼, ਮੈਂ ਹਾਂ ਅੰਜਲੀ। 15 ਅਗਸਤ ਪੂਰੇ ਭਾਰਤ ਵਿੱਚ ਬੜੇ ਹੀ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਇਸ ਲੜੀ ਤਹਿਤ ਫਗਵਾੜਾ ਸ਼ਹਿਰ ਵਿੱਚ ਵੀ 15 ਅਗਸਤ ਬੜੇ ਹੀ ਉਤਸ਼ਾਹ ਨਾਲ ਮਨਾਇਆ ਜਾਵੇਗਾ। ਇਸ ਸੰਬੰਧੀ ਜਾਣਕਾਰੀ ਦਿੰਦਿਆਂ SDM ਫਗਵਾੜਾ ਨੇ ਕਿਹਾ ਕਿ ਆਜ਼ਾਦੀ ਦਿਵਸ ਸਮਾਗਮ ਦੀਆਂ ਤਿਆਰੀਆਂ ਸੰਬੰਧਿਤ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਡਿਊਟੀਆਂ ਲਗਾ ਦਿੱਤੀਆਂ ਗਈਆਂ ਹਨ ਅਤੇ ਸ਼ਹਿਰ ਵਿੱਚ ਆਜ਼ਾਦੀ ਦਿਵਸ ਬੜੇ ਹੀ ਧੂਮ ਧਾਮ ਨਾਲ ਮਨਾਇਆ ਜਾਵੇਗਾ। ਹੋਰ ਇਸ ਮੌਕੇ ਜਾਣਕਾਰੀ ਦਿੰਦਿਆਂ SDM ਫਗਵਾੜਾ ਨੇ ਕੀ ਕਿਹਾ, ਆਓ ਦਿਖਾਉਂਦੇ ਹਾਂ ਤੁਹਾਨੂੰ ਪੂਰੀ ਖ਼ਬਰ ਵਿੱਚ। ਫਗਵਾੜਾ ਤੋਂ ਸ਼ਰਨਜੀਤ ਸਿੰਘ ਸੋਨੀ ਦੇ ਨਾਲ ਜਸ਼ ਸ਼ਰਮਾ ਦੀ ਰਿਪੋਰਟ। ਦੇ ਸਮਾਗਮ ਨੂੰ ਲੈ ਕੇ ਅੱਜ ਫੁੱਲ ਐਂਡ ਫਾਈਨਲ ਫੁੱਲ ਡਰੈਸ ਰਿਹਰਸਲ ਸੀਗੀ। ਬੱਚਿਆਂ ਨੇ ਬਹੁਤ ਅੱਛੀ ਆਈਟਮਾਂ ਤਿਆਰ ਕੀਤੀ, ਬੜਾ ਉਤਸ਼ਾਹ ਹੈ ਅਤੇ ਸਾਰੇ ਮਹਿਕਮਿਆਂ ਨੇ ਮੀਟਿੰਗ ਕੀਤੀ, ਸਾਰਿਆਂ ਦੀ ਆਪਣੀ ਆਪਣੀ ਡਿਊਟੀਆਂ ਸੰਭਾਲ ਲਈਆਂ ਨੇ ਅਤੇ ਉਮੀਦ ਕਰਦੇ ਹਾਂ ਕਿ ਸੁਚਾਰੂ ਤੰਗ ਨਾਲ ਪ੍ਰੋਗਰਾਮ ਚੱਲੇਗਾ। ਜੇ ਬਾਈ ਚਾਂਸ ਮੀਂਹ ਜ਼ਿਆਦਾ ਪੈ ਜਾਂਦਾ ਹੈ ਜਾਂ ਪਾਣੀ ਜ਼ਿਆਦਾ ਇਕੱਠਾ ਹੋ ਜਾਂਦਾ ਹੈ ਤਾਂ ਆਪਾਂ ਬਾਹਰ ਹੀ ਪੱਕੀ ਥਾਂ ਹੈ ਉੱਥੇ ਕਲਚਰਲ ਪ੍ਰੋਗਰਾਮ ਕਰਾਂਗੇ ਜੀ। ਧੰਨਵਾਦ। ਅੱਜ 15 ਅਗਸਤ 2024 ਦੇ ਸੰਬੰਧ ਵਿੱਚ ਫੁੱਲ ਡਰੈਸ ਰਿਹਰਸਲ ਸਕੂਲ ਆਫ ਐਮੀਨੈਂਸ ਫਗਵਾੜਾ ਵਿਖੇ ਕਰਵਾਈ ਗਈ, ਜਿਸ ਵਿੱਚ ਮੁੱਖ ਮਹਿਮਾਨ SDM ਸਾਹਿਬ ਫਗਵਾੜਾ ਹਾਜ਼ਰ ਹੋਏ। ਮੈਂ ਪ੍ਰਿੰਸੀਪਲ ਰਣਜੀਤ ਕੁਮਾਰ ਗੋਗਨਾ, ਸਮੂਹ ਪ੍ਰਸ਼ਾਸਨ ਦਾ ਸਕੂਲ ਆਫ ਐਮੀਨੈਂਸ ਵਿਖੇ 15 ਅਗਸਤ ਮਨਾਉਣ ਲਈ ਧੰਨਵਾਦ ਕਰਦਾ ਹਾਂ। ਸੋ ਅੱਜ ਇਸ ਸੰਬੰਧੀ ਜਿਹੜੀ SDM ਸਾਹਿਬ ਵੱਲੋਂ ਮੀਟਿੰਗ ਵੀ ਕੀਤੀ ਗਈ। ਸੋ ਮੈਂ ਸਾਰਿਆਂ ਨੂੰ ਆਪਣੇ ਵੱਲੋਂ 15 ਅਗਸਤ ਦੀਆਂ ਆਜ਼ਾਦੀ ਦਿਵਸ ਦੀਆਂ ਵਧਾਈਆਂ ਦਿੰਦਾ ਔਰ ਸਾਰਿਆਂ ਦੀ ਸ਼ੁਭਕਾਮਨਾ। ਥੈਂਕ ਯੂ।